ਸਾਡੀ ਜਿਹੜੇ ਵੀਕਲੀ ਰੋਪਰ ਕੋਰੋਨਾ ਅਪਡੇਟ ਦੇ ਵਿੱਚ ਮੈਂ ਫਿਰ ਵਾਪਸ ਤੁਹਾਡੇ ਨਾਲ ਜਿਹੜੇ ਇਸ ਹਫਤੇ ਦੀ ਕੋਰੋਨਾ ਦੇ ਅਪਡੇਟ ਹੈਗੀ ਉਹ ਸ਼ੇਅਰ ਕਰਨੇ ਜਾ ਰਹੀਆਂ ਅ ਜੇਕਰ ਗੱਲ ਕਰੀਏ ਟੋਟਲ ਨੰਬਰ ਆਫ ਸੈਂਪਲਸ ਜਿਹੜੇ ਹੁਣ ਤੱਕ ਲਿੱਤੇ ਗਏ ਹੋਣਗੇ ਉਹ 68250 ਹੋ ਚੁੱਕੇ ਨੇ ਇਹਨਾਂ ਦੇ ਵਿੱਚੋਂ 59486 ਸੈਂਪਲ ਜਿਹੜੇ ਹੈਗੇ ਉਹ 네ਗੇਟਿਵ ਆਏ ਗਏ ਨੇ Uh, तो पॉजिटिविटी रेट की गल करिए तो डिस्ट्रिक्ट पॉजिटिविटी रेट तीन पॉइंट तीन परसेंट तो घट हैगी जो काफ़ी ज़्यादा जी फिगर भी आ रही है जो हम घट पॉजिटिव केसिज भी आ रहे हैं वह भी इसी तरीके दर्शाते हैं टोटल पेंडिंग जीडी हक हैगी रिपोर्ट्स की गिनती वह आठ सौ साठ हैगी टोटल पॉजिटिव हूँ तक जोड़े मार्च तो लेकर हूँ तक डिस्ट्रिक्ट आए ने चौबीस सौ उनाट हो चुके हैं ਅ ਜਿਸ ਦੇ ਵਿੱਚ ਅੱਜ ਜਿਹੜੇ ਪੋਜ਼ਿਟਿਵ ਕੇਸਸ ਆਏ ਨੇ ਉਹ 8 ਦੀ ਗਿਣਤੀ ਹੈਗੀ ਦੋ ਕਰੋਨਾ ਪੇਸ਼ੈਂਟਸ ਜਿਹੜੇ ਹੈਗੇ ਉਹ ਆਪਣੇ ਟ੍ਰੀਟਮੈਂਟ ਲੈ ਕੇ ਕਰੋਨਾ ਨੂੰ ਮਾ ਦੇ ਕੇ ਵਾਪਸ ਆਪਣੇ ਘਰ ਆ ਚੁੱਕੇ ਨੇ ਅੱਜ ਦੋ ਡਿਸਚਾਰਜ ਹੋਏ ਨੇ ਟੋਟਲ ਰਿਕਵਰਡ ਇਸ ਕਰਕੇ ਪੇਸ਼ੈਂਟਸ ਦੀ ਜਿਹੜੀ ਟੋਟਲ ਗਿਣਤੀ ਹੈਗੀ ਉਹ 2173 ਹੋ ਚੁੱਕੀ ਹੈਗੀ ਐਕਟਿਵ ਕੇਸਸ ਦੀ ਗਿਣਤੀ ਰੋਪੜ ਜ਼ਿਲ੍ਹੇ ਦੇ ਸੰਬੰਧਿਤ ਜਿਹੜੇ ਨੇ ਉਹ 173 ਨੇ टोटल डेथ्स हूं तक जी हुई है वो एक सौ तेरह डैथ्स जी है वह हो चुकी हैगी जेकर गल करिए कि जो नवे केसिज जी आए ने आज वो किलाक तो हैं तो इस देविच्यों, नंगल के एक छत्तीस साल मेल है माधव नगर नगल एरिया तो भरतगढ़ के पाँच साल की एक फीमेल है फीमेल बच्ची है ये सैनी माजरा ਬਲੌਗ ਘਰੇਲਗਰ ਦੇ ਵਿੱਚ ਜਿਹੜਾ ਹੈਗਾ ਉਸ ਦੇ ਵਿੱਚ ਰੂਪਨਗਰ ਦੀ ਗੱਲ ਕਰੀਏ ਤਾਂ ਗੁਰੂਨਗਰ ਰੂਪਨਗਰ ਤੋਂ ਇੱਕ 40 ਸਾਲ ਦੇ ਮੇਲ ਹੈਗੇ ਪੱਕਾ ਬਾਗ ਤੋਂ 40 ਸਾਲ ਦੀ ਫੀਮੇਲ ਹੈਗੀ ਕੋਟਲਾ ਨਿਹੰਗ ਪਿੰਡ ਤੋਂ 18 ਸਾਲ ਦੀ ਫੀਮੇਲ ਹੈਗੀ ਤੇ ਪਬਲਿਕ ਕਲੋਨੀ ਦੇ ਵਿੱਚ 51 ਸਾਲ ਦੇ ਮੇਲ ਹੈਗੇ ਜਿਹੜੇ ਰੋਪੜ ਤੋਂ ਅੱਜ ਪੋਜ਼ਿਟਿਵ ਆਏ ਗਏ ਅਗੰਪੁਰ ਤੋਂ 54 ਸਾਲ ਦੇ ਮੇਲ ਜਿਹੜੇ ਹੈਗੇ ਉਹ ਪੋਜ਼ਿਟਿਵ ਆਏ ਗਏ ਤੇ ਕਲਿਆਣਪੂਰ ਪਿੰਡ ਤੋਂ 52 ਸਾਤ ਦੇ ਮੇਲ ਜਿਹੜੇ ਹੈਗੇ ਉਹ ਅੱਜ ਪੋਜ਼ਿਟਿਵ ਆਇਆ ਕਰਨੇ ਅ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਕਿ ਟੋਟਲ L1 ਦੇ ਵਿੱਚ ਜਿਹੜੇ ਹੁਣ ਤੱਕ ਕੇਸਸ ਅੱਜ ਟ੍ਰੀਟਮੈਂਟ ਲੈ ਰਹੇ ਨੇ ਉਹ ਪੰਜ ਹੈਗੇ L2 ਦੇ ਵਿੱਚ 28 ਹੈਗੇ L3 ਦੇ ਵਿੱਚ 33 ਕੇਸ ਨੇ ਇਹ ਸਾਡੇ ਹਾਇਰਸ ਕੇਸਸ ਨੇ ਜੋ GMC ਪਟਿਆਲਾ ਪਜੀ ਦੇ ਵਿੱਚ ਤੇ IV ਹਸਪੀਟਲ ਮੁਹਾਲੀ ਫੋਟਸ ਮੁਹਾਲੀ ਤੇ ਅਗਰੈਸ਼ਨ ਹਸਪੀਟਲ ਮੋਹਾਲੀ ਦੇ ਵਿੱਚ ਵੀ ਮੈ ਲਾਜ ਲੈ ਰਹੇ ਨੇ ਹੋਮ ਆਈਸੋਲੇਸ਼ਨ ਦੇ ਵਿੱਚ ਹੁਣ ਅੱਜ ਦੇ ਡੇਟ ਵਿੱਚ 60 ਪੇਸ਼ੈਂਟਸ ਨੇ ਜਿਹੜੇ ਨੇ ਜੋ ਐਸਿਪਟੋਮੈਟਿਕ ਯਾ ਮਾਈਗਲੀ ਸਿਪਟੋਮੈਟਿਕ ਹੋਣ ਕਾਰਨ ਆਪਣਾ ਜਿਹੜਾ ਹੈ ਸੈਲਫ ਹੋਮ ਆਈਸੋਲੇਸ਼ਨ ਦੇ ਵਿੱਚ ਨੇ ਤੇ ਉੱਥੇ ਹੀ ਉਹਨਾਂ ਦੀ ਸਾਰੀ ਮੋਨਿਟਰਿੰਗ ਰੱਖੀ ਜਾ ਰਹੀ ਹੈਗੀ ਅਨਟ੍ਰੇਸਿਬਲ ਪੂਰੇ ਡਿਸਟ੍ਰਿਕਟ ਦੇ ਵਿੱਚ ਜੇਕਰ ਬਿਲਾਕੇ ਕਰੀਏ ਤਾਂ 43 ਕੇਸ ਹੈਗੇ ਤੇ ਅੱਜ ਦੇ ਸਟਿਲ ਟੂ ਬੀ ਐਕਟੀਵੇਟਿਡ ਕੇਸ ਜਿਹੜੇ ਨੇ ਉਹ ਚਾਰ ਨੇ ਤੇ ਇਹਨਾਂ ਨੂੰ ਮਿਲਾ ਕੇ 173 ਦੀ ਜਿਹੜੀ ਗਿਣਤੀ ਹੈਗੀ ਉਹ ਬਣ ਰਹੀ ਹੈਗੀ ये पिछे काफ़ी दिनों तो ट्रेंड आ रहा है कि जे गिनती हैगी हूँ काफ़ी ज्यादा घट रही है पॉजिटिव केसा द कुछ हद तक ये चीज सही है कि कहनी कहना कि थोड़ी सी पॉजिटिविटी के जोड़ी गति हैगी उस रोक लगी हैगी लेकिन फिर भी जेकर असी इस चीज़ में दे सोच के ये सोचा कि जो करोना चला गया है कोरोना हूँ नहीं है ਇਹ ਬਿਲਕੁਲ ਕਹਿਣਾ ਗਲਤ ਹੋ ਗਿਆ ਬਿਲਕੁਲ ਮੰਨਣਾ ਇਹ ਗਲਤ ਹੋਏਗਾ ਕਿਉਂਕਿ ਸਾਰੇ ਹੀ ਪਾਸੇ WHO ਦੀ ਰਿਪੋਰਟ ਦੇ ਵਿੱਚ ICMR ਦੀ ਜਿਹੜੀ ਐਡਵਾਈਜ਼ਰੀ ਜਾਰੀ ਹੋ ਰਹੀ ਹੈਗੀ ਇੱਕ ਸੈਕਿੰਡ ਵੇਵ ਜੋ ਹੋਰ ਦੇਸ਼ਾਂ ਦੇ ਵਿੱਚ ਵੀ ਰਿਕਵਰੀ ਜਿਹੜੇ ਪੇਸ਼ੈਂਟਸ ਹੋ ਚੁੱਕੇ ਸੀਗੇ ਉਹਨਾਂ ਦੇ ਵਿੱਚੋਂ ਵੀ ਤੇ ساتھమే ਹੋਰ ਨਵੇਂ ਸਿਰੇ से ਸਰਜ ਆ ਰਿਹਾ ਹੈਗਾ ਨਵੇਂ ਏਰੀਆਜ਼ ਦੇ ਵਿੱਚ ਸਰਜ ਆ ਰਿਹਾ ਹੈਗਾ ਇਸ ਕਰਕੇ ਆਪ ਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਸचेत ਰਹਿਣ ਦੀ ਲੋੜ ਹੈਗੀ ਬਹੁਤ ਜ਼ਿਆਦਾ ਇਸ ਦੇ ਵਿੱਚ ਸੰਜੀਦਗੀ ਵਰਤ ਨੇ ਲੋੜ ਹੈਗੀ ਕਿ ਤੁਸੀਂ ਤੇ ਤੁਹਾਡੇ ਪਰਿਵਾਰ ਵਾਲੇ ਤੁਹਾਡੇ ਬੱਚੇ ਤੁਹਾਡੇ ਬਜ਼ੁਰਗ ਇਹ ਇਸ ਕਰੋਨਾ ਮਹਾਰੀ ਮਾਰੀ ਤੋਂ ਬਚੇ ਰਹਿਣ ਇਸ ਦੇ ਵਾਸਤੇ ਜਿਹੜੀ 마ਸਕ ਦੀ ਵਰਤੋਂ ਹੈਗੀ ਉਹ ਘਟਨਾ ਕਰੀਏ ਉਸ ਨੂੰ ਲਾਜ਼ਮੀ ਤੌਰ ਤੇ ਜ਼ਰੂਰ ਵਰਤिए ਸੋਸ਼ਲ ਡਿਸਟੈਂਸਿੰਗ ਦਾ ਪਾਲਨ ਕਰੀਏ ਜਿੱਥੇ ਵੀ ਤੁਸੀਂ ਕੋਈ ਪਬਲਿਕ ਸਪੇਸ ਤੇ ਜਾਂਦੇ ਹੋ ਕੋਈ ਅਗਰ ਪਬਲਿਕ ਜੇ ਅਗਰ ਕੋਈ ਇਸ ਤਰ੍ਹਾਂ ਦਾ ਵਾਲ ਹੈ ਕੋਈ ਹੈਂਡਲ ਹੈ ਕੋਈ ਨੋਬ ਹੈ ਕੋਈ ਡੈਸਕ ਹੈ ਕੋਈ ਡਾਪੇ ਇਸ ਵਗੈਰਾ ਇਸ ਤਰ੍ਹਾਂ ਦੀ ਚੀਜ਼ਾਂ ਨੂੰ ਛੂੰਦੇ ਵਕਤ ਤੁਸੀਂ ਸੈਨੀਟਾਈਜ਼ਰ ਦਾ ਇਸਤੇਮਾਲ ਜ਼ਰੂਰ ਕਰੋ ਤਾਂ ਕਿ ਕਿਸੇ ਨੂੰ ਵੀ ਕਾਗੇ ਕਰਾਸ ਇਨਫੈਕਸ਼ਨ ਹੋ ਨਾ ਹੋ ਪਾਏ ਜੇਕਰ ਗੱਲ ਕਰੀਏ ਰਿਕਵਰੀ ਰੇਟ ਦੀ ਰਿਕਵਰੀ ਰੇਟ ਪੜਿਆ ਹੈਗਾ ਰੋਪੜ ਜ਼ਿਲ੍ਹੇ ਦੇ ਵਿੱਚ 88.36% ਹੁਣ ਹੋ ਚੁੱਕਿਆ ਹੈਗਾ ਕਹਿਣ ਦਾ ਭਾਵ ਇਹ ਹੈਗਾ ਕਿ 100 ਦੇ ਵਿੱਚੋਂ ਹੁਣ 88 ਮਰੀਜ਼ ਠੀਕ ਹੋ ਕੇ ਆਪਣੇ ਘਰ ਜਾ ਰਹੇ ਨੇ ਜੋ ਇੱਕ ਬਹੁਤ ਅੱਛਾ ਟ੍ਰੈਂਡ ਹੈ ਬਹੁਤ ਹੀ ਅੱਛਾ ਦਿਖਾਰਿਆ ਹੈਗਾ ਕਰ لیکن پھر بھی ਸਾਨੂੰ ਬਹੁਤ ਜ਼ਿਆਦਾ ਸचेत ਰਹਿਣ ਦੀ ਲੋੜ ਹੈ ਕਿਉਂਕਿ ਸਾਡਾ سی ایف ار ਜੋ ਕਹਿੰਦੇ ਨੇ ਕਯੂਮੂਲੇਟਿਵ ਮਰਟੈਲਿਟੀ ਰੇਟ ਉਹ ਕਾਫੀ ਜ਼ਿਆਦਾ ਹਾਈ ਹੈ ਉਹ 5.5 4% ਤੋਂ ਨਿਰਦੇੜੇਗਾ ਜੋ ਇਹ ਦਰਸਾਉਂਦਾ ਹੈਗਾ ਕਿ ਜਿਹੜੇ ਸਿਕ ਪੇਸ਼ੈਂਟਸ ਜ਼ਿਆਦਾ ਸੀਗੇ ਜੋ ਪਹਿਲੇ ਸਮੇਂ ਸੇ ਉਹਨਾਂ ਦੀ ਟੈਸਟਿੰਗ ਨਹੀਂ ਹੋ ਪਾਈ ਜਾਂ ਫਿਰ ਉਹਨਾਂ ਦੇ ਟਰੀਟਮੈਂਟ ਦੇ ਵਿੱਚ ਦੇਰੀ ਹੋਣ ਕਰਕੇ ਉਹ ਉਹਨਾਂ ਨੂੰ ਬਚਾਈ ਨਹੀਂ ਜਾ ਸਕਾ ਕਈ ਕੇਸਸ ਦੇ ਵਿੱਚ ਉਹ ਟਰੀਟਮੈਂਟ ਹੁਣ ਜਿਹੜੇ ਕੇਸਸ ਲੈ ਰਹੇ ਨੇ ਉਹਨਾਂ ਦੇ ਵੀ ਕਾਫੀ ਜ਼ਿਆਦਾ ਅਸੀਂ ਮਾਨਿਟਿੰਗ ਕਰ ਰਹੇ ਨੇ ਤਾਂ ਕਿ ਇਸ ਤਰ੍ਹਾਂ ਦੇ ਕੇਸਸ ਘਟਣ ਤੇ ਡੈਥ ਜਿਹੜੀ ਹੈਗੀ ਰੇਟ ਜੋ ਹੈpropto ਜ਼ਿਲ੍ਹੇ ਦੇ ਵਿੱਚ ਜਿਹੜੇ ਸੰਬੰਧਿਤ ਕੇਸਸ ਹੈ ਉਹਨਾਂ ਨੂੰ ਹੋਰ ਇਸ ਨੂੰ ਘਟਾਇਆ ਜਾ ਸਕੇ ਇਸ ਦੇ ਨਾਲ ਹੀ ਇੱਕ ਤਿਉਹਾਰਾਂ ਨੂੰ ਲੈ ਕੇ ਚੱਲੀਏ ਤਾਂ ਬਾਜ਼ਾਰ ਦੇ ਵਿੱਚ ਰੌਣਕ ਫਿਰ ਸੇ ਲੋ ਚੁੱਕੀ ਹੈਗੀ ਕਾਫੀ ਦੁਕਾਨਦਾਰਾਂ ਦੀ ਔਰ ਜਿਹੜੇ ਪਿਛੇ ਲੌਕਡਾਊਨ ਦੇ ਵਿੱਚ ਕਾਫੀ ਜ਼ਿਆਦਾ ਜਿਨਾਂ ਨੂੰ ਨੁਕਸਾਨ ਹੋਇਆ ਸੀਗਾ ਸਾਰੇ ਲੋਕ ਸੋਚ ਰਹੇ ਨੇ ਕਿ ਉਹ ਵਪਾਰ ਦੇ ਪ੍ਰਤੀ ਉਹ ਥੋੜਾ ਸਾ ਬਿਲਕੁਲ ਉਤਸ਼ਾਹ ਹੈਗਾ ਖੇਦਾਰਾਂ ਦੇ ਵਿੱਚ ਵੀ ਹੈਗਾ ਤੇ ਵਿਚਨ ਵਾਲਿਆਂ ਦੇ ਵਿੱਚ ਵੀ ਹੈਗਾ ਲੇਕਿਨ ਫਿਰ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਪ ਸਾਰਿਆਂ ਨੂੰ ਬੇਨਤੀ ਹੈ ਕਿ ਤਿਹਾਰ ਦੇ ਰੰਗ ਦੇ ਵਿੱਚ ਭੰਗਣਾ ਪਰ ਇਸ ਕਰਕੇ ਇਹ ਜ਼ਰੂਰੀ ਹੈ ਕਿ ਤੁਸੀਂ ਤਿਹਾਰ ਨੂੰ ਮਨਾਉਂਦੇ ਹੋਏ ਵੀ ਇਹ ਨਾਲ ਹੀ ਤੁਸੀਂ ਵੇਖੋ ਕਿ ਕੋਰੋਨਾ ਦੀ ਮਹਾਂਮਾਰੀ ਦੇ ਨਾਲ ਪਛਾਪ ਕਿਵੇਂ ਕਰਨਾ ਹੈਗਾ ਅ ਅੱਗੇ ਪਟਾਕੇਆਂ ਵਗੈਰਾ ਦੇ ਜਿਵੇਂ ਸਰਕਾਰ ਵੱਲੋਂ ਵੀ ਬਾਰ-ਬਾਰ ਕਿਹਾ ਜਾ ਰਹਾ ਹੈਗਾ ਸੁਪਰੀਮ ਕੋਰਟ ਕੇ ਆਰਡਰਸ ਵੀ ਹੋਣਗੇ ਮੈਂ ਆਪਕੇ ਸਾਥ ਵੀ ਸਾਂਝਾ ਕਰਨਾ ਚਾਹੁੰਦੀ ਇਸ ਚੀਜ਼ ਦੇ ਵਿੱਚ ਕਿ ਸਾਹ ਦੀ ਬਿਮਾਰੀ ਨੂੰ ਲੈ ਕੇ ਜਿਹੜੀ ਵੀ ਚੀਜ਼ ਜਿਵੇਂ ਅੱਗੇ ਪਰਾਲੀ ਨੂੰ ਆਗ ਨਾਲ ਲਾਉਣ ਵਾਸਤੇ ਵੀ ਅਸੀਂ ਸਾਰੇ ਜਿਹੜੇ ਹੈਗੇ ਉਹ ਕਦਮ ਚੁੱਕ ਰਹੇ ਨੇ ਸਾਡੇ ਕੋਲ ਹੁਣ ਜਿਹੜੀ ਰਿਪੋਰਟਡ ਕੇਸਸ ਨੇ ਜਿਹੜੇ ਐਕਚੁਅਲ ਆ ਰਹੇ ਨੇ ਉਹ ਵੀ ਕਾਫੀ ਘਟ ਗਏ ਨੇ ਲੇਕਿਨ ਫਿਰ ਵੀ ਤਿਹਾੜੀ ਸੀਜ਼ਨ ਨੂੰ ਦੇਖਦੇ ਹੋਏ ਅੱਗੇ ਪਟਾਕੇਆਂ ਦੀ ਵੀ ਸਾਡੀ ਜਿਹੜੀ ਵਰਤੋਂ ਹੈਗੀ ਉਹ ਵੀ ਘਟਾਈ ਜਾਵੇ ਇਹ ਵੀ لازਮੀ ਹੈ ਇਸ ਕਰਕੇ ਆਪ ਸਾਰਿਆਂ ਨੂੰ ਆਪਕੇ ਪਰਿਵਾਰ ਨੂੰ ਸਾਰਿਆਂ ਨੂੰ ਹੈਲਦੀ ਤੇ ਸੇਫ ਰੱਖਣ ਵਾਸਤੇ ਬਹੁਤ ਜ਼ਰੂਰੀ ਹੈ ਕਿ ਤੁਸੀਂ ਇਹ ਚੀਜ਼ ਨੂੰ ਦੇਖੋ ਕਿ ਤੁਹਾਡੇ ਘਰ ਪਰਵਾਦੇ ਵਿੱਚ ਜਿਹੜੇ ਬੱਚੇ ਨੇ ਜਾਂ ਜ਼ਾਦੇ ਬਜ਼ੁਰਗ ਨੇ ਉਹਨਾਂ ਨੂੰ ਪਟਾਕੇ ਤੇ ਜਿਹੜੇ ਧੂਏ ਤੋਂ ਦੂਰ ਰੱਖਿਆ ਜਾਵੇ ਕਿ ਜੇਕਰ ਕਿਸ ਨੂੰ ਕੋਈ ਅਸਥਮਾ ਕੀ ਪ੍ਰੋਬਲਮ ਹੈ ਕੋਈ ਕਿਸ ਨੂੰ ਕੋਈ ਦਵਾਈ ਦੀ ਪ੍ਰੋਬਲਮ ਹੈਗੀ ਤਾਂ ਉਹਨਾਂ ਨੂੰ ਪਲੀਜ਼ ਇਸ ਚੀਜ਼ ਤੋਂ ਦੂਰ ਰੱਖੇ ਤਾਂ ਕਿ ਕਰੋਨਾ ਦੇ ਵਿੱਚ ਇਹ ਹੋਰ ਕਿਸੇ ਹੋਰ ਕੋ-ਮੋਰਬਿਡ ਸਿਚੁਏਸ਼ਨ ਦੇ ਵਿੱਚ ਸਾਨੂੰ ਸਾਹਮਣਾ ਨਾ ਕਰਨਾ ਪਵੇ ਇਸ ਦੇ ਨਾਲ ਹੀ ਅਸੀਂ ਇੱਕ ਟਾਸਪੋਰਟ ਦਾ ਵੀ ਗਠਨ ਕੀਤਾ ਹੈਗਾ ਸਪੈਸ਼ਲੀ ਜਿਹੜੇ ਇੰਪੋਰਟਡ ਇਲੀਗਲ ਇੰਪੋਰਟਡ ਤਰੀਕੇ ਤੋਂ ਬਾਹਰ ਦੇਸ਼ਾਂ ਤੋਂ ਇੱਥੇ ਜਿਹੜੇ ਪਟਾਕੇ ਵਿਕ ਰਹੇ ਨੇ ਜੋ ਬਿਨਾਂ ਕਿਸੇ ਮਾਰਕਿੰਗ ਦੇ ਨੇ ਬਿਨਾਂ ਕਿਸੇ ਟੈਸਟਿੰਗ ਤੋਂ ਬਾਜ਼ਾਰ ਦੇ ਵਿੱਚ ਖੁੱਲੇ ਵਿਕ ਰਹੇ ਨੇ ਤੇ ਐਸੇ ਦੁਕਾਨਦਾਰਾਂ ਨੂੰ ਵੀ ਮੈਂ ਸचेत ਕਰਨਾ ਚਾਹੁੰਦੀ ਹਾਂ ਕਿ ਜੇਕਰ ਤੁਸੀਂ ਇਸ ਤਰ੍ਹਾਂ ਦੇ ਜਿਹੜੇ ਪਟਾਕੇ ਨੇ ਇਹਨਾਂ ਨੂੰ ਵੇਚ ਰਹੇ ਹੋ ਤੁਰੰਤ ਪਲੀਜ਼ ਇਸ ਚੀਜ਼ ਨੂੰ ਰੋਕੋ ਤੁਰੰਤ ਇਸ ਚੀਜ਼ ਨੂੰ ਬੰਦ ਕਰਨ ਕਿਉਂਕਿ ਜੇਕਰ ਸਾਡੀ ਡਰਕ ਸਟਾਫੀ ਫੋਰਸ ਵੱਲੋਂ ਇਹ ਪਾਇਆ ਗਿਆ ਤਾਂ ਤੁਹਾਡੇ ਖਿਲਾਫ ਸਖਤ ਕਾਰਵਾਈ ਵੀ ਹੋਏਗੀ ਤੇ ਅੱਗੇ ਜਾ ਕੇ ਲੀਗਲ ਐਕਸ਼ਨ ਦੇ ਪ੍ਰਤੀ ਐਫ ਆਰ ਵੀ ਅਸੀਂ ਲਾਂਚ ਕਰਾਂਗੇ ਤੇ ਨਾਲ ਹੀ ਜਿਹੜੇ ਖਰੀਦਦਾਰ ਨੇ ਜਿਹੜੇ ਆਪ ਲੋਗ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਆਪਣੇ ਬੱਚਿਆਂ ਦੇ ਹੈਲਥ ਕੇ ਪ੍ਰਤੀ ਸचेत ਰਹੋ ਨਾ ਦੀ ਸਫਿਟੀ ਦੇ ਪ੍ਰਤੀ ਸचेत ਰਹੋ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਇਸ ਤਰ੍ਹਾਂ ਕੇ ਜਿਹੜੇ ਇਲੀਗਲ ਇੰਪੋਰਟਡ ਫਾਇਰ ਕਰੈਕਰਸ ਨੇ ਜਿਹੜੇ ਫਟਾਕੇ ਨੇ ਇਹਨਾਂ ਨੂੰ ਤੁਸੀਂ ਨਾ ਖਰੀਦੋ ਇਸ ਇਸ ਦੀ ਤੁਸੀਂ ਵਿਕਰੀ ਨਾ ਲੋ ਕਿਉਂਕਿ ਇਹਨਾਂ ਸਾਰਿਆਂ ਦੇ ਵਿੱਚ ਤੁਹਾਨੂੰ ਨਹੀਂ ਪਤਾ ਹੁੰਦਾ ਹੈਗਾ ਕਿ ਕਿੰਨੀ ਮਾਤਰਾ ਦੇ ਵਿੱਚ ਕਿੰਨਾ ਗਨ ਪਾਊਡਰ ਕਿੰਨਾ ਜ਼ਿਆਦਾ ਅੱਗੇ ਹੋਰ ਮਟੀਰੀਅਲ ਕਿਸੇ ਇਸ ਤਰੀਕੇ ਦਾ ਇਸਤੇਮਾਲ ਹੋ ਰਿਹਾ ਹੈਗਾ ਜੋ ਕਈ ਵਾਰ ਬਹੁਤ ਹੀ ਜ਼ਿਆਦਾ ਬੁਰੇ ਪਰਿਨਾਮ ਦਿੰਦਾ ਹੈਗਾ ਕਈ ਵਾਰ ਕੇ ਲੋਕਾਂ ਦੀ ਅੱਖਾਂ ਦੀ ਰੌਸ਼ਨੀ ਚਲੀ ਜਾਂਦੀ ਹੈਗੀ ਖਾਸੜ ਜਾਂਦਾ ਹੈਗਾ ਕਾਫੀ ਚੀਜ਼ੇ ਅਸੀਂ ਪਿਛੇ ਹੀ ਵੇਖੀ ਸੀਗੀ ਇਸ ਕਰਕੇ ਆਪ ਆਪਣੇ ਬੱਚਿਓ ਕੀ ਆਪਣੀ ਸੇਫਟੀ ਨੂੰ ਮੱਦੇਨਜ਼ਰ ਰੱਖਦੇ ਹੋਏ ਏ ਪਲੀਜ਼ ਅੱਜ ਅਸੀਂ ਸਾਰੇ ਇਸਤਿਹਾਰ ਦੇ ਸੀਜ਼ਨ ਦੇ ਵਿੱਚ ਖੁਸ਼ੀਆਂ ਦਾ ਮਹੌਲ ਲੈ ਕੇ ਆਈਏ ਔਰ ਇਸ ਤਰ੍ਹਾਂ ਦੀ ਜਿਹੜੀ ਇੱਕ ਚਲਨ ਚਲ ਚੁਕਿਆ ਹੈਗਾ ਫਾਇਰ ਵਰਕਸ ਵਗੈਰਾ ਦੇ ਪ੍ਰਤੀ ਇੱਕ ਹੋੜ ਦਾ ਇਸ ਨੂੰ ਘਟਾਈਏ ਤੇ ਗ੍ਰੀਨ ਦੀਵਾਲੀ ਮਨਾਈਏ ਗ੍ਰੀਨ ਅਗੇ ਤਿਓ ਹਾਰਮਨਾਈਏ ਤਾਂ ਕਿ ਇੱਕ ਅੱਛਾ ਵਾਤਾਵਰਨ ਅਸੀਂ ਸਾਰਿਆਂ ਨੂੰ ਦੇ ਸਕੀਏ ਇਸ ਕੋਰੋਨਾ ਮਹਾਮਾਰੀ ਦੇ ਦੌਰਾਨ ਤੇ ਨਾਲ ਹੀ ਆਪਣੀ ਅੱਗੇ ਆਉਣ ਵਾਲੀ ਪੀੜ੍ਹੀ ਨੂੰ ਇੱਕ ਅੱਛਾ ਸੰਦੇਸ਼ ਵੀ ਸਿਖਾ ਸਕੇ ਆ ਹੁਣ ਅੱਜ ਕੋਰੋਨਾ ਅਪਡੇਟ ਦੇ ਵਿੱਚ ਨਹੀਂ ਤੇ ਅਗਲੇ ਹਫਤੇ ਫਿਰ ਮੈਂ ਵਾਪਸ ਬੁੱਧਵਾਰ ਨੂੰ ਸ਼ਾਮ 7:00 ਵਜੇ ਤੁਹਾਡੇ ਨਾਲ ਗਰੁੱਪ ਹੋਵਾਂਗੀ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਵੀ ਸਵਾਲ ਹੈ ਕੋਈ ਕੁਰੀ ਹੈਗੀ ਜ਼ਰੂਰ dc.rpr@punjab.gov.in 'ਤੇ ਸਾਡੇ ਨਾਲ ਸ਼ੇਅਰ ਕਰੇ ਤਾਂ ਕਿ ਉਸ ਕੁਰੀ ਦਾ ਅਸੀਂ ਜਵਾਬ ਦੇ ਸਕੀਏ ਨਾਲ ਹੀ ਜਿਨ੍ਹਾਂ ਨੇ ਪਟਾਕਿਆਂ ਤੇ ਲਾਇਸੈਂਸ ਦੇ ਬਾਰੇ ਵਿਕਰੀ ਵਾਸਤੇ ਅਪਲਾਈ ਕਰਨਾ ਹੈਗਾ ਤੋਂ ਆਪਣੇ ਐਸਡੀਐਮ ਸਾਹਿਬਾਨਾਂ ਦੇ ਦਫਤਰ ਦੇ ਵਿੱਚ 7 ਤਾਰੀਖ ਤੱਕ ਅਪਲਾਈ ਕਰ ਸਕਦੇ ਨੇ ਉਸ ਤੋਂ ਬਾਅਦ ਕੋਈ ਅਪਲੀਕੇਸ਼ਨ ਕੰਸੀਡਰ ਨਹੀਂ ਕੀਤੀ ਜਾਵੇਗੀ ਇਸ ਕਰਕੇ ਆਪ ਸਾਰਿਆਂ ਨੂੰ ਬੇਨਤੀ ਹੈ ਕਿ ਕਾਈਂਡਲੀ ਪਲੀਜ਼ ਅਪਲੀਕੇਸ਼ਨ ਤੇ ਉੱਪਰ ਵੀ ਧਿਆਨ ਰੱਖਿਓ ਕਿਉਂਕਿ ਬਿਨਾ ਲਾਇਸੈਂਸ ਕੇ ਬਿਨਾ ਕਿਉਂਕਿ ਐਸ ਪਰ ਜਿਹੜਾ ਆਰਡਰ ਹੈਗਾ ਮਾਨਯੋਗ ਹਾਈ ਕੋਰਟ ਦਾ ਵੀ ਉਹਨਾਂ ਦੇ ਆਰਡਰ ਦੇ ਮੁਤਾਬਿਕ ਤੇ ਪੰਜਾਬ ਸਰਕਾਰ ਦੀ ਹਦਾਇਤਾਂ ਮੁਤਾਬਿਕ ਜਿਹੜਾ ਨੂੰ ਲਾਇਸੈਂਸ ਹੋਏਗਾ ਉਹੀ ਵਿਕਰੀ ਕਰ ਸਕਦੇ ਨੇ ਤੇ ਆਪ ਦੇ ਖੇਤਰ ਦੇ ਵਿੱਚ ਜੇਕਰ ਤੁਸੀਂ ਵਿਕਰੀ ਕਰਨਾ ਚਾਹੁੰਦੇ ਹੋ ਤਾਂ ਲਾਇਸੈਂਸ ਅਪਲਾਈ ਕਰਨ ਵਾਸਤੇ ਅਪਲੀਕੇਸ਼ਨ ਜ਼ਰੂਰ ਦਿਓ ਜੋ ਡਰਾਫ ਲੋਟਸ ਦੇ ਮੁਤਾਬਿਕ ਕਾ ਲਿਆ ਜਾਵੇਗਾ ਜਿਵੇਂ ਦੀ ਗਾਈਡਲਾਈਨਸ ਲੇਡਾਉਨ ਹੈਗੇ ਤੇ ਜਿਨ੍ਹਾਂ ਨੂੰ ਵੀ ਇਹ ਅਗੇ ਡਰਾਫ ਲੋਟਸ ਨਿਕਲਦਾ ਆਏਗਾ ਉਹਨਾਂ ਨੂੰ ਇਹ ਪਰਮਿਸ਼ਨ ਤੇ ਲਾਇਸੈਂਸ ਦਿੱਤਾ ਜਾਵੇਗਾ ਅੱਜ ਦੀ ਡੇਟ ਵਿੱਚ ਨਹੀਂ ਤੇ ਅਗਲੇ ਹਫਤੇ ਫਿਰ ਮੈਂ ਸ਼ਾਮ 7 ਵਜੇ ਤੱਕ ਆਪੇ ਸਾਥ ਵਾਪਸ ਡੇਟਾ ਸਾਰਾ ਸ਼ੇਅਰ ਕਰਾਂਗੇ ਤੇ ਉਸ ਵੇਲੇ ਤੱਕ ਮੈਂ ਫਿਰ ਬੇਨਤੀ ਕਰਾਂਗੀ ਮਾਸ ਦੀ ਵਰਤੋਂ ਕਰਦੇ ਰਹੀਏ ਤੇ ਸੋਸ਼ਲਿਸਟਸਿੰਗ ਦਾ ਪੈਲੇਟ ਵੀ ਕਰਦੇ ਰਹੀ ਹੈ। ਅ थैंक यू ਸਸਰੇਕਾ